ਹਾਂਜੀ ਦੋਸਤੋ ਸਵਾਗਤ ਕਰਦੇ ਜੀ ਤੁਹਾਡਾ ਆਪਣੇ ਇਸ YouTube ਚੈਨਲ ਜਿਸ ਦਾ ਨਾਮ ਹੈ ਜੀ ਸਟੱਡੀ ਇਨਸਾਈਡਰ ਤੁਸੀਂ ਇਸ ਚੈਨਲ ਦੇ ਨਾਲ ਜੁੜ ਕੇ ਜੀ ਆਪਣੀ ਤਿਆਰੀ ਕਰ ਸਕਦੇ ਹੋ ਮਾਸਟਰ ਕੈਡਰ एग्जाम ਦੀ PSAT एग्जाम ਦੀ ETT एग्जाम ਦੀ ਤੇ सीटेट ਜਿੰਨੇ ਵੀ ਕੰਪੀਟੀਟਿਵ एग्जाम ਹੁੰਦੇ ਨੇ ਜਿਨ੍ਹਾਂ ਦੇ ਵਿੱਚ ਸਾਇੰਸ ਅਤੇ ਮੈਥਮੈਟਿਕਸ ਰਿਲੇਟਡ ਕੰਟੈਂਟ ਆਉਂਦਾ ਹੈ ਉਹਨਾਂ ਦੀ ਤੁਸੀਂ ਤਿਆਰੀ ਕਰ ਸਕਦੇ ਹੋ ਇਸ ਚੈਨਲ ਨਾਲ ਜੁੜ ਕੇ ਵੀਡੀਓਜ਼ ਨੂੰ ਤੁਸੀਂ ਪਲੇਲਿਸਟ ਦੇ ਵਿੱਚ ਵਿਜ਼ਿਟ ਕਰਕੇ ਦੇਖ ਸਕਦੇ ਹੋ ਤੇ ਕੋਈ ਵੀ ਜੇ ਤੁਸੀਂ ਸੁਜੈਸ਼ਨ ਦੇਣਾ ਚਾਹੁੰਦੇ ਹੋ ਕਿ ਕਿਸ ਤਰ੍ਹਾਂ ਆਪਾਂ ਇਸ ਚੈਨਲ ਦੇ ਉੱਤੇ ਹੋਰ ਵਧੀਆ ਪ੍ਰੈਪਰੇਸ਼ਨ ਕਰ ਸਕਦੇ ਹਾਂ ਤਾਂ ਤੁਸੀਂ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸਣਾ ਜੀ ਤੇ ਇਸ ਚੈਨਲ ਨੂੰ ਵੀ ਜਰੂਰ ਸਬਸਕ੍ਰਾਈਬ ਕਰੋ ਤੇ ਇਸ ਦਾ ਬੈਲ ਆਈਕਨ ਵੀ ਕਲਿੱਕ ਕਰੋ ਤਾਂ ਕਿ ਤੁਹਾਨੂੰ ਆਉਣ ਵਾਲੀ ਵੀਡੀਓਜ਼ ਦੀ ਨੋਟੀਫਿਕੇਸ਼ਨ ਵੀ ਟਾਈਮ ਟੂ ਟਾਈਮ ਮਿਲਦੀ ਰਹੇ ਅੱਜ ਦੀ ਆਪਣੀ ਵੀਡੀ ਜੀ ਜਿਸ ਤਰ੍ਹਾਂ ਕਿ ਜੋ ਮਾਸਟਰ ਕੈਡਰ एग्जाम ਅਤੇ ਈਟੀਟੀ एग्जाम ਦੇ ਲਈ ਅਸਾਮੀਆਂ ਕੱਢੀਆਂ ਗਈਆਂ ਸੀ 2182 ਅਤੇ 1644 ਉਸੇ ਦੇ ਰਿਲੇਟਡ ਹੀ ਆਪਾਂ ਜੇ ਆਪਾਂ ਗੱਲ ਕਰੀਏ ਕਿ ਇਹਨਾਂ ਨੇ ਜਿਸ ਤਰ੍ਹਾਂ ਕਿ ਤੁਸੀਂ ਦੇਖ ਸਕਦੇ ਹੋ ਜੋ ਸਿੱਖਿਆ ਭਰਤੀ ਡਾਇਰੈਕਟਰ ਪੰਜਾਬ ਦੇ ਵੱਲੋਂ ਜੋ ਇਹ ਅਸਾਮੀਆਂ ਕੱਢੀਆਂ ਗਈਆਂ ਸੀ ਇਸ ਦੇ ਵਿੱਚ ਜੋ ਆਨਲਾਈਨ ਅਰਜ਼ੀ ਦੀ ਮੰਗ ਕੀਤੀ ਗਈ ਸੀ ਉਸ ਦੇ ਵਿੱਚ ਇਹਨਾਂ ਨੇ ਲਾਸਟ ਡੇਟ ਦਿੱਤੀ ਸੀ ਫੀਸ ਦੀ 6 ਮਈ 2020 ਜਿਸ ਤਰ੍ਹਾਂ ਕਿ ਤੁਸੀਂ ਦੇਖ ਸਕਦੇ ਹੋ ਅੱਜ ਅਸਦੀ ਲਾਸਟ ਡੇਟ ਹੈ ਜਿਨ੍ਹਾਂ ਕੈਂਡੀਡੇਟਸ ਨੇ ਇਹ ਹਾਲੇ ਤੱਕ ਵੀ ਜਿਨ੍ਹਾਂ ਦੀ ਜਿਸ ਤਰ੍ਹਾਂ ਕਿ ਬਹੁਤ ਸਾਰੇ ਕੈਂਡੀਡੇਟ ਕਹਿ ਰਹੇ ਸੀ ਕਿ ਸਾਡੀ ਜੋ ਫੀਸ ਕਨਫਰਮ ਨਹੀਂ ਹੋਈ ਹੈ ਜਾਂ ਅਸੀਂ ਫੀਸ ਹਾਲੇ ਤੱਕ ਨਹੀਂ ਭਰੀ ਬਟ ਅਸੀਂ ਨੇ ਫਾਰਮ ਫਿਲ ਕਰਤਾ ਤਾਂ ਉਹ ਆਪਣਾ ਅੱਜ ਲਾਸਟ ਡੇਟ ਹੈ ਹਾਲੇ ਹੋ ਸਕਦੇ ਇਸ ਨੂੰ ਚੇਂਜ ਕਰ ਦੇਣ ਬਟ ਹਾਲੇ ਤੱਕ ਕੋਈ ਇਸ ਦਾ ਨੋਟੀਫਿਕੇਸ਼ਨ ਨਹੀਂ ਆਇਆ ਕਿ ਇਸ ਨੂੰ ਚੇਂਜ ਕੀਤਾ ਜਾਏਗਾ ਜਾਂ ਨਹੀਂ ਕੀਤਾ ਜਾਏਗਾ ਤਾਂ ਤੁਸੀਂ ਇਸ ਦਾ ਕੋਈ ਰਿਸਕ ਨਾਲ ਹੈ ਨਾ ਤੁਸੀਂ ਆਪਣੀ ਸਾਰੀ ਫੀਸ ਤੁਸੀਂ ਭਰ ਸਕਦੇ ਹੋ ਹੁਣ ਅੱਜ ਅੱਜ ਦਾ ਦਿਨ ਤੁਹਾਡੇ ਕੋਲ ਹੈਗਾ ਬੈਂਕਸ ਜਿਸ ਤਰ੍ਹਾਂ ਕਿ ਖੁੱਲ੍ਹੇ ਜਾਂਦੀਆਂ ਨੇ 1 ਵਜੇ ਤੱਕ ਤਾਂ ਤੁਸੀਂ ਸਾਰਿਆਂ ਜਿੰਨੇ ਵੀ ਕੈਂਡੀਡੇਟ ਨੇ ਜਿਨ੍ਹਾਂ ਨੇ ਹਾਲੇ ਤੱਕ ਫੀਸ ਨਹੀਂ ਭਰੀ ਉਹ ਉਸ ਨੂੰ ਭਰ ਸਕਦੇ ਨੇ ਤਾਂ ਬਾਕੀ ਜਿੰਨੀਆਂ ਵੀ ਜਿਨ੍ਹਾਂ ਨੇ ਹਾਲੇ ਤੱਕ ਫਾਰਮ ਨਹੀਂ ਭਰਿਆ ਉਹ ਵੀ ਫਾਰਮ ਭਰ ਕੇ ਆਪਣੀ ਫੀਸ ਭਰ ਸਕਦੇ ਨੇ ਤੇ ਬਾਕੀ ਜੇ ਆਪਾਂ ਅੱਗੇ ਗੱਲ ਕਰੀਏ ਕਿ ਜਿਸ ਤਰ੍ਹਾਂ ਕਿ ਪੰਜਾਬ ਸਰਕਾਰ ਵੱਲੋਂ ਜੋ ਬੋਰਡ ਦੇ ਇਗਜ਼ਾਮ ਨੇ ਉਹਨਾਂ ਦੇ ਬਾਰੇ ਇੱਕ ਵਿਸ਼ੇਸ਼ ਜੋ ਖਬਰ ਨਿਕਲ ਕੇ ਆ ਰਹੀ ਹੈ ਜੇ ਆਪ ਪੋਸਿਬਲ ਗੱਲ ਗੱਲ ਕਰੀਏ ਕਰੋਨਾ ਵਾਇਰਸ ਦੇ ਵਾਧੇ ਕਾਰਨ ਰੱਦ ਕੀਤੀਆਂ ਗਈਆਂ 12ਵੀਂ ਦੀਆਂ ਪ੍ਰੀਖਿਆਵਾਂ ਮੁੜ ਕਰਵਾਉਣ ਦੀ ਤਿਆਰੀ ਪੰਜਾਬ ਸਕੂਲ ਸਿੱਖਿਆ ਬੋਰਡ ਨੇ ਫਿਰ ਤੋਂ ਸ਼ੁਰੂ ਕਰ ਦਿੱਤੀ ਹੈ ਇਸੇ ਅਧੀਨ ਤਹਿਤ ਬੋਰਡ ਨੇ ਪਹਿਲੇ ਪੜਾਜ ਰਾਜ ਦੇ ਸਮੂਹ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਨਾਲ ਜ਼ਿਲ੍ਹੇ ਦੇ ਪਹਿਲਾਂ ਤੋਂ ਹੀ ਬਣਾਏ ਗਏ ਪ੍ਰੀਖਿਆਵਾਂ ਕੇਂਦਰਾਂ ਦੀ ਡਿਟੇਲ ਮੰਗੀ ਹੈ ਜੇ ਆਪਾਂ ਅੱਗੇ ਗੱਲ ਕਰੀਏ ਇਸ ਦੇ ਵਿੱਚ ਇਸ ਸੰਬੰਧ ਜਾਰੀ ਪੱਤਰ ਨੂੰ ਦੇਖ ਕੇ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਰਾਜ ਦੇ ਜਿੰਨਾ ਜ਼ਿਲ੍ਹਿਆਂ ਚ ਕੋਰੋਨਾ ਦੇ ਵਾਧੇ ਕਿਸਾ ਨੂੰ ਦੇਖਦੇ ਹੋਏ ਠੀਕ ਹੈ ਜੀ ਕੰਟੇਨਮੈਂਟ ਜ਼ੋਨ ਬਣਾਏ ਗਏ ਹਨ ਉੱਥੋਂ ਦੇ ਸਕੂਲਾਂ ਚ ਸਥਾਪਿਤ ਪ੍ਰੀਖਿਆਵਾਂ ਕੇਂਦਰਾਂ ਨੂੰ ਵੀ ਬਦਲਿਆ ਜਾਵੇਗਾ। ਇਹੀ ਕਾਰਨ ਹੈ ਕਿ ਕੰਟੇਨਮੈਂਟ ਜ਼ੋਨ ਚ ਆਉਂਦੇ ਪ੍ਰੀਖਿਆਵਾਂ ਕੇਂਦਰਾਂ ਦਾ ਬਦਲਮਾ ਪ੍ਰਬੰਧ ਕਰਨ ਵੀ ਯੋਜਨਾ ਵੀ ਬੋਰਡ ਦੇ ਸਿੱਖਿਆ ਅਧਿਕਾਰੀਆਂ ਤੋਂ ਮੰਗੀ ਹੈ। ਡੀਓਜ਼ ਨੂੰ 5 ਮਈ ਤੱਕ ਇਸ ਸੰਬੰਧੀ ਸੂਚਨਾ ਪੂਰੀ ਸੂਚਨਾ ਈਮੇਲ ਤੇ ਭੇਜਣ ਲਈ ਕਿਹਾ ਗਿਆ ਹੈ। ਪੀਐਸਸੀਵੀ ਨੇ ਪੂਰੀ ਅਹਿਮੀਅਤ ਵਰਤਦੇ ਹੋਏ ਡੀਟੀਓਜ਼ ਤੋਂ ਹਰ ਤਰ੍ਹਾਂ ਦੀ ਸੂਚਨਾ ਮੰਗੀ ਹੈ। ਜਿਲੇ ਜਿਸ ਵਿੱਚ ਪ੍ਰੀਖਿਆਵਾਂ ਨੂੰ ਕੋਈ ਮੁਸ਼ਕਲ ਪੇਸ਼ ਨਾ ਆਵੇ ਇਸ ਦੇ ਵਿੱਚ ਅੱਗੇ ਹੋਰ ਵੀ ਗੱਲ ਹੈ ਜੀ ਬੋਰਡ ਨੇ ਜੋ ਡੀਟੀਓਸ ਤੋਂ ਮੰਗੀ ਹੈ ਡਿਟੇਲ ਉਸ ਦੇ ਵਿੱਚ ਕੀ ਕੀ ਉਹਨਾਂ ਨੇ ਜਿਹੜਾ ਡਿਟੇਲ ਦੇ ਵਿੱਚ ਮੰਗਿਆ ਗਿਆ ਜਿਲੇ ਚ ਪੈਂਦੇ ਕੰਟੇਨਮੈਂਟ ਜ਼ੋਨ ਦੇ ਨਾਮ ਉਹਨਾਂ ਦੀ ਗਿਣਤੀ ਕਿੰਨੇ ਹੈ ਕੰਟੇਨਮੈਂਟ ਜ਼ੋਨ ਚ ਪੈਂਦੇ ਪ੍ਰੀਖਿਆ ਕੇਂਦਰਾਂ ਦੇ ਨਾਮ ਅਤੇ ਉਹਨਾਂ ਦੀ ਗਿਣਤੀ ਕਿਸੇ ਪ੍ਰੀਖਿਆ ਕੇਂਦਰ ਨੂੰ ਕਵਾਰਨਟਾਈਨ ਸੈਂਟਰ ਬਣਾਇਆ ਗਿਆ ਹੈ ਤਾਂ ਉਸ ਦਾ ਨਾਮ ਅਤੇ ਗਿਣਤੀ ਜਿੰਨਾ ਪ੍ਰੀਖਿਆਵਾਂ ਕੇਂਦਰਾਂ ਚ ਕਵਾਰਨਟਾਈਨ ਸੈਂਟਰ ਬਣੇ ਹਨ ਉਹਨਾਂ ਦੀ ਜਗ੍ਹਾ ਤੇ ਕਿਹੜੇ ਸਕੂਲ ਚ ਕੇਂਦਰ ਬਨੇਗਾ ਠੀਕ ਹੈ ਜੀ ਇਹ ਗੱਲਾਂ ਨੇ ਜੋ ਇੱਕ ਤਰ੍ਹਾਂ ਦਾ ਬੋਰਡ ਨੇ ਜੋ ਡੀਡੀਓਸ ਤੋਂ ਮੰਗੀ ਗਈ ਹੈ ਇੱਕ ਤਰ੍ਹਾਂ ਦੀ ਡਿਟੇਲ ਮੰਗੀ ਹੈ ਪੂਰੀ ਤਾਂ ਹੀ ਅੱਜ ਦੀਨ ਇਨਫੋਰਮੇਸ਼ਨ ਜੀ ਆਈ ਉਹ ਤੁਹਾਨੂੰ ਵਧੀਆ ਲੱਗੀ ਹੋਵੇ ਤਾਂ ਬਾਕੀ ਨਾਲ ਜਰੂਰ ਸ਼ੇਅਰ ਕਰਨਾ ਜਿਹਦੀਆਂ ਇੱਕ ਤਰ੍ਹਾਂ ਇੰਪੋਰਟੈਂਟ ਜੋ ਐਜੂਕੇਸ਼ਨਲ ਰਿਲੇਟਡ ਜੋ ਖਬਰਾਂ ਸੀਗੀਆਂ ਤੇ ਇਸ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਤੇ ਵੀਡੀਓ ਨੂੰ ਜਰੂਰ ਸ਼ੇਅਰ ਕਰੋ ਤੇ ਮਿਲਦੇ ਆਪਾਂ ਨੂੰ ਨੈਕਸਟ ਵੀਡੀਓ ਦੇ ਵਿੱਚ